ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਬਲਵਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਕੀ ਬਾਤ ਅਤੇ ਇਸ ਵੇਲੇ ਦੀ ਸਿਆਸਤ ਦੀ ਵੱਡੀ ਖਬਰ ਦੇ ਨਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਵਣ ਸਿੰਘ ਫਿਲੌਰ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਨੇ। ਉੱਥੇ ਹੀ ਫਿਲੌਰ ਤੋਂ ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਕਰਤਾਰਪੁਰ ਤੋਂ ਟਿਕਟ ਕੱਟਣ ਤੋਂ ਨਾਰਾਜ਼ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ 'ਚ ਸ਼ਾਮਲ ਹੋ ਗਏ ਨੇ। ਫਿਲੌਰ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਸਰਵਣ ਸਿੰਘ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵਿੱਚ ਸ਼ੁਮਾਰ ਰਹੇ ਨੇ ਅਤੇ 6 ਵਾਰ ਵਿਧਾਇਕ ਚੁਣੇ ਗਏ ਨੇ ਅਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਤਕਰੀਬਨ 2 ਸਾਲ ਪਹਿਲਾਂ ਉਹਨਾਂ ਦੇ ਪੁੱਤਰ ਦਮਨਵੀਰ ਸਿੰਘ ਦਾ ਨਾਮ ਡਰੱਗਸ ਰੈਕਟ ਵਿੱਚ ਸਾਹਮਣੇ ਆਉਣ ਤੋਂ ਬਾਅਦ ਸਰਵਣ ਸਿੰਘ ਫਿਲੌਰ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੁੱਧਵਾਰ ਨੂੰ ਅਕਾਲੀ ਦਲ ਦੇ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਲਿਸਟ ਵਿੱਚ ਕਰਤਾਰਪੁਰ ਤੋਂ ਸੇਠ ਸਤਪਾਲ ਮੱਲ ਨੂੰ ਟਿਕਟ ਦੇ ਦਿੱਤੀ ਗਈ ਅਤੇ ਸਰਵਣ ਸਿੰਘ ਫਿਲੌਰ ਆਪਣੀ ਟਿਕਟ ਕੱਟੇ ਜਾਣ ਤੋਂ ਖਫਾ ਸਨ। ਜਿੰਨੇ ਮਰਜ਼ੀ ਖਿੱਚ ਲਓ। ਉਧਰ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਈਡੀ ਨੇ ਉਹਨਾਂ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਦੇ ਖਿਲਾਫ ਚਲਾਨ ਪੇਸ਼ ਨਹੀਂ ਕੀਤਾ। ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਪਾਰਟੀ ਵਿੱਚ ਸਾਈਡਲਾਈਨ ਕੀਤਾ ਗਿਆ। ਸਿਰਫ ਇੰਨਾ ਹੀ ਨਹੀਂ, ਫਿਲੌਰ ਨੇ ਕਿਹਾ ਕਿ ਉਹਨਾਂ ਦੇ ਮੁਸ਼ਕਿਲ ਵੇਲੇ ਕਾਂਗਰਸ ਦੇ ਕਈ ਆਗੂਆਂ ਨੇ ਉਹਨਾਂ ਦੀ ਹਿਮਾਇਤ ਕੀਤੀ ਸੀ। ਸਿਆਸੀ ਮਿਲ ਕੇ ਬਾਹਰ ਕੱਢਣ ਲਈ 10 ਸਾਲਾਂ ਤੋਂ ਤਕਰੀਬਨ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਕੋਸ਼ਿਸ਼ਾਂ ਇਹ ਜਾਰੀ ਰਹੀਆਂ ਤੇ ਇੱਥੋਂ ਤੀਕ ਮੇਰੇ ਲੜਕੇ ਨੂੰ ਸਾਜ਼ਿਸ਼ ਦੇ ਤਹਿਤ ਈਡੀ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ, ਪੂਰਾ ਯਤਨ ਕੀਤਾ ਤੇ ਈਡੀ ਬੜੀ ਡੀਪਲੀ, ਬੜੀ ਥੋਰੋਲੀ ਉਹਦੀ ਇਨਕੁਆਇਰੀ ਫੇਅਰ ਕੀਤੀ ਮੈਂ, ਕਿਉਂਕਿ ਸਾਡੇ ਪੱਖ 'ਚ ਤਾਂ ਹਲੇ ਫੇਅਰ ਹੋਈ, ਕਿਉਂਕਿ ਜਿਹੜੇ ਲੋਕ ਅਕਿਊਜ਼ ਪਾਏ ਗਏ ਉਹਨਾਂ ਦਾ ਚਲਾਨ ਪੇਸ਼ ਕਰ ਦਿੱਤਾ ਤੇ ਸਾਡਾ ਕਿਸੇ ਮੈਂਬਰ ਦਾ ਨਾਂ ਜਿਹੜਾ ਉਹਦੇ ਵਿੱਚ ਹਾਜ਼ਰ ਨਹੀਂ ਸੀ। ਉਸ ਵੇਲੇ ਜਿੰਨਾ ਸਮੁੱਚੀ ਅਪੋਜੀਸ਼ਨ ਸੀ ਪੰਜਾਬ ਦੀ, ਚਾਹੇ ਉਹਦੇ ਸਰੀਰ ਜਾਖੜ ਜੀ ਸਨ, ਚਾਹੇ ਸਰਦਾਰ ਸੁਰਜਿੰਦਰ ਸਿੰਘ ਰੰਧਾਵਾ ਸਨ, ਚਾਹੇ ਚਰਨਜੀਤ ਸਿੰਘ ਚੰਨੀ ਸਨ ਤੇ ਈਵਨ ਭਗਵੰਤ ਮਾਨ ਤੇ ਤਰਲੋਚਨ ਸੂਟ, ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਇਹ ਇਹਨਾਂ ਦੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਸਰਵਣ ਸਿੰਘ ਫਿਲੌਰ ਦਾ ਕਾਂਗਰਸ ਚੋਣ ਤੇ ਸਵਾਗਤ ਕੀਤਾ, ਨਾਲ ਹੀ ਸਰਵਣ ਸਿੰਘ ਫਿਲੌਰ ਤੇ ਲੱਗਦੇ ਰਹੇ ਇਲਜ਼ਾਮਾਂ ਤੇ ਵੀ ਸਪਸ਼ਟੀਕਰਨ ਦਿੱਤਾ। ਇਹਨਾਂ ਦਾ ਇਹਦਾ ਕਿ ਦਿਨ ਨੂੰ ਚਾਰਜ ਸ਼ੀਟ ਆਉਣੇ ਤੋਂ ਇਹ ਤਾਂ ਚਾਰਜਸ ਲਾ ਕੇ ਤੁਸੀਂ ਮੇਰੇ 'ਤੇ ਵੀ ਲਾਤੇ ਇਹਨਾਂ ਨੇ ਚਾਰਜਸ, ਅਸੀਂ ਵਿਨਿੰਗ ਦੇ ਕੇਸ, ਮੈਨੂੰ ਤਾਂ ਅਸੈਂਬਲੀ ਤੋਂ ਕੱਢਤਾ ਸੀ, ਯਾਦ ਨਹੀਂ ਤੁਹਾਨੂੰ? ਆਈ ਹੈਵ ਟੂ ਗੋ ਟੂ ਦ ਸੁਪਰੀਮ ਕੋਰਟ, ਸੁਪਰੀਮ ਕੋਰਟ ਤੋਂ ਮੈਂ ਵਾਪਸ ਆਇਆ ਤੇ ਉਹ ਚਾਰਜਸ ਲਾਉਣੇ ਆਸਾਨ ਨੇ, ਗਿਲਟੀ ਤਾਂ ਉਹ ਹੁੰਦਾ ਜਿਹੜਾ ਪ੍ਰੋਕਲੇਮਡ ਅਨਾਊਂਸਡ ਗਿਲਟੀ, ਜਿਹੜਾ ਮਤਲਬ ਕੋਰਟ ਜਿਹੜਾ ਕਰਦੀ ਹੈ। ਉਧਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਸਰਵਣ ਸਿੰਘ ਫਿਲੌਰ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਪ੍ਰਤੀਕਰਮ ਸਾਹਮਣੇ ਆਇਆ। ਉਹਨਾਂ ਨੇ ਉਸ ਦਾਅਵੇ ਨੂੰ ਬੇਤੁਕਾ ਦੱਸਿਆ ਜਿਸ 'ਚ ਕਿਹਾ ਗਿਆ ਕਿ ਅਕਾਲੀ ਦਲ ਦੇ ਕਈ ਆਗੂ ਕਾਂਗਰਸ 'ਚ ਸ਼ਾਮਲ ਹੋ ਸਕਦੇ ਨੇ। ਸਵਰਨ ਸਿੰਘ ਫਲੋਰ ਅੱਜ ਕਾਂਗਰਸ 'ਚ ਸ਼ਾਮਲ ਹੋ ਰਹੇ ਨੇ, ਕਈ ਹੋਰ ਵੱਡੇ ਪੱਧਰ ਤੇ ਇੱਕ ਨੇ ਇੱਕ ਨਾਲ ਲਿੱਤਾ ਹੈ, 4-5 ਜਗ੍ਹਾ ਗੁਰੂ ਹਰ ਸਹਾਏ, ਗੁਰੂ ਹਰ ਸਹਾਏ ਕਿਤੇ, ਮੁਕਤਸਰ ਕਿਤੇ, ਨਾਭੇ ਐਵੇਂ ਤੁਸੀਂ ਜਿਹੜਾ ਅਖਬਾਰ ਪੜ੍ਹਦੇ ਸਾਰੇ ਫਿੱਟ ਆ ਕੰਮ।